ਹੈਲੋ ਐਵਰੀਵਨ, ਹਾਂਜੀ ਵੈਲਕਮ ਟੂ ਦ ਟੈਟ ਬਜ਼ਰ ਅਕੈਡਮੀ ਬਠਿੰਡਾ ਅਬੋਹਰ ਪੰਜਾਬ। ਤਾਂ ਅੱਜ ਦਾ ਸੈਸ਼ਨ ਨੰਬਰ 15 ਸਾਇੰਸ ਦੇ ਪ੍ਰੀਵੀਅਸ ਈਅਰ ਪੇਪਰ ਦੀ ਐਨਾਲਿਸਿਸ ਕਰਵਾ ਰਹੇ ਹਾਂ। ਪਹਿਲਾਂ ਮੈਂ ਟੋਪਿਕ ਵਾਈਜ਼ ਕਰਵਾ ਰਹੀ ਸੀ ਬਿਲਕੁਲ ਸਾਇੰਸ ਦੇ ਪ੍ਰੀਵੀਅਸ ਈਅਰ ਪੇਪਰਸ, ਹੁਣ ਮੈਂ ਕੀ ਕਰ ਰਹੀ ਹਾਂ ਜੀ ਸੀਟੈਟ ਦੇ ਪੇਪਰਸ ਨੂੰ ਵੀ ਲੈ ਲਿਆ ਅਤੇ ਸੀਟੈਟ ਦੇ ਪੇਪਰਸ ਨੂੰ ਮਿਕਸ ਕਰਕੇ ਕਿਤ ਕਰਵਾ ਰਹੀ ਹਾਂ। ਤਾਂ ਤੁਸੀਂ ਜੀ ਅੱਜ ਦੇ ਸੈਸ਼ਨ ਨੂੰ ਬਕਾਇਦਾ ਦੇਖ ਸਕਦੇ ਹੋ, 15ਵਾਂ ਸੈਸ਼ਨ ਹੈ ਜੀ। ਔਰ ਪਹਿਲਾ ਕੁਸ਼ਚਨ ਹੈ ਜੀ, ਆਪਣਾ ਰਸੋਈ ਦੇ ਰਹਿਣ ਖੂੰਹਣ ਨੂੰ ਖਾਦ ਵਿੱਚ ਬਦਲਣ ਲਈ ਲੋੜੀਂਦੇ ਕਦਮ ਹੇਠਾਂ ਉਲਝੇ ਹੋਏ ਰੂਪ ਵਿੱਚ ਦਿੱਤੇ ਗਏ ਹਨ। ਦ ਸਟੈਪਸ ਰਿਕੁਆਇਰਡ ਫੋਰ ਦ ਕਨਵਰਜਨ ਆਫ ਕਿਚਨ ਗਾਰਬੇਜ ਇਨ ਟੂ ਮੈਨਿਊਰ ਆਰ ਬਿਲੋ ਇਨ ਦਾ ਜੰਬਲ ਫੋਰਮ। ਫਟਾਫਟ ਆਂਸਰ ਦਿਓਗੇ ਜੀ ਸਭਨ ਦਾ। ਫਸਟ ਕੁਸ਼ਚਨ ਦਾ ਆਪਸ਼ਨ ਸਾਰੇ ਤੁਹਾਡੇ ਸਾਹਮਣੇ ਪਏ ਹੈ। ਬਿਲਕੁਲ ਜੀ ਬਿਲਕੁਲ, ਦੇਖੀਏ ਆਪਾਂ ਤੇ ਦੇਖੋ ਜੀ ਉਹ ਕੀ ਕਹਿੰਦੇ ਆ, ਕੂੜੇ ਨੂੰ ਟੋਏ ਵਿੱਚ ਪਾਓ, ਉਸ ਤੋਂ ਬਾਅਦ ਟੋਏ ਦੇ ਤਲ ਨੂੰ ਰੇਤ ਨਾਲ ਢੱਕ ਦਿਓ, ਫਿਰ ਟੋਏ ਨੂੰ ਘਾਹ ਜਾਂ ਬੋਰੀ ਨਾਲ ਢੱਕ ਦਿਓ, ਕੀੜੇ ਜੋੜੋ, ਐਡ ਵਾਰਮਸ। ਤਾਂ ਕੀ ਆਏਗਾ ਆਂਸਰ? ਬਿਲਕੁਲ ਜੀ, ਟੋਏ ਦੇ ਤਲ ਨੂੰ, ਫਸਟ ਪੁਆਇੰਟ ਤਾਂ ਇਹ ਬਣੇਗਾ, ਫਸਟ ਪੁਆਇੰਟ ਬਣੇਗਾ ਬੀ ਆਪਸ਼ਨ। ਤਾਂ ਓਵਰਆਲ ਸਭ ਚੀਜ਼ ਬੀ ਹੈ, ਠੀਕ ਹੈ। ਤਾਂ ਫਸਟ ਪੁਆਇੰਟ ਤਾਂ ਹੈ ਬੀ। ਪੁੱਟ ਦਾ ਕੂੜੇ ਨੂੰ ਕੀ ਹੈ ਜੀ, ਟੋਏ ਵਿੱਚ ਪਾਓ, ਫਿਰ ਏ ਪੁਆਇੰਟ ਬਣੇਗਾ, ਫਿਰ ਉਹਦੇ ਵਿੱਚ ਕੀੜੇ ਪਾ ਦਿਓ, ਡੀ ਪੁਆਇੰਟ ਬਣ ਜਾਏਗਾ। ਔਰ ਫਿਰ ਕੀ ਹੈ ਜੀ, ਗਰਾਸ ਨੂੰ, ਟੋਏ ਨੂੰ ਘਾਹ ਜਾਂ ਬੋਰੀ ਨਾਲ ਢੱਕ ਦਿਓ। ਬਿਲਕੁਲ ਜੀ, ਬੀ ਏ ਡੀ ਸੀ। ਆਪਾਂ ਨੂੰ ਪਤਾ ਹੈ ਰੂੜੀ ਖਾਦ ਕਿਸ ਤਰੀਕੇ ਨਾਲ ਬਣਦੀ ਹੈ, ਇਹ ਬਣਦੀ ਹੈ ਜੀ ਇਸ ਤਰੀਕੇ ਨਾਲ। ਕੋਈ ਵੀ ਕੂੜਾ ਲਓ, ਗਿੱਲਾ ਕੂੜਾ, ਕੂੜੇ ਨੂੰ ਕੀ ਹੈ ਜੀ, ਪਹਿਲਾਂ ਉਹਦਾ ਜਿਹੜਾ ਥੱਲੇ ਵਾਲੀ ਲੇਅਰ ਆ ਉਹਨੂੰ ਉਹਦੇ ਅੰਦਰ ਰੇਤਾ ਪਾ ਦਿਓ, ਸੈਂਡ ਪਾ ਦਿਓ, ਠੀਕ ਹੈ, ਕਿਉਂਕਿ ਉਹਦੇ 'ਚ ਜਿਹੜੀ ਗੰਦਗੀ ਹੈ ਉਹ ਅਲੱਗ ਰਹੇ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਜੀ, ਜਿਹੜਾ ਵੀ ਗਿੱਲਾ ਕੂੜਾ ਪਾ ਦਿਓ, ਉਸ ਤੋਂ ਬਾਅਦ ਉਹਦੇ 'ਚ ਕੀੜੇ ਜਿਹੜੇ ਕੀ ਹਨ, ਗਡੋਏ ਟਾਈਪ ਜਾਂ ਵੋਮਸ ਕਿਸੇ ਵੀ ਤਰੀਕੇ ਦੇ, ਕਿਰਨਾ, ਉਹ ਪਾ ਦਿਓ, ਠੀਕ ਹੈ। ਉਸ ਤੋਂ ਬਾਅਦ ਉੱਪਰ ਉਹ ਢੱਕ ਦਿਓ, ਤਾਂ ਇਹ ਆਪਣਾ ਸੀਕੁਐਂਸ ਰਹਿੰਦਾ ਜੀ। ਤਾਂ ਬੀ ਏ ਡੀ ਸੀ। ਸੈਕਿੰਡ ਕੁਸ਼ਚਨ, ਉਹ ਕੀ ਕਹਿੰਦੇ ਹਨ, ਕੁਸ਼ਚਨ ਨੰਬਰ ਸੈਕਿੰਡ, ਉਹ ਕਹਿੰਦੇ ਦੋਵੇਂ ਜੀਵ ਚੰਗੇ ਦੋਸਤ ਹਨ ਅਤੇ ਇਕੱਠੇ ਰਹਿੰਦੇ ਹਨ, ਆਸਰਾ, ਪਾਣੀ ਅਤੇ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ, ਕਿ ਜਦੋਂ ਕਿ ਦੂਜਾ ਭੋਜਨ ਤਿਆਰ ਕਰਦਾ ਹੈ ਅਤੇ ਮੁਹੱਈਆ ਕਰਦਾ ਹੈ, ਜਿਵੇਂ ਕਿ ਅਜਿਹੇ ਸਹਿਯੋਗ ਨੂੰ ਕੀ ਕਿਹਾ ਜਾਂਦਾ ਹੈ? ਦੋ ਔਰਗਨਿਜ਼ਮ, ਟੂ ਔਰਗਨਿਜ਼ਮ ਆਰ ਬੈਸਟ ਫਰੈਂਡਸ ਐਂਡ ਲਿਵ ਟੁਗੈਦਰ, ਵਨ ਪ੍ਰੋਵਾਈਡ ਸ਼ੈਲਟਰ, ਵਾਟਰ ਐਂਡ ਨਿਊਟ੍ਰੀਐਂਟਸ, ਵਾਈਲ ਦ ਅਦਰ ਪ੍ਰੀਪੇਅਰ ਐਂਡ ਪ੍ਰੋਵਾਈਡ ਫੂਡ, ਸੱਚ ਐਨ ਐਸੋਸੀਏਸ਼ਨ ਆਫ ਔਰਗਨਿਜ਼ਮ ਇਜ਼ ਟਰਮਡ ਐਜ਼। ਚਲੋ ਜੀ, ਸੈਕਿੰਡ ਕੁਸ਼ਚਨ ਆਨਸਰ ਕੀ ਹੋਏਗਾ ਜੀ? ਬਿਲਕੁਲ ਬਿਲਕੁਲ ਜੀ, ਸਿੰਬੋਇਸਿਸ ਹੋਏਗਾ। ਕੀ ਆਏਗਾ? ਸਿੰਬੋਇਸਿਸ। ਬਕਾਇਦਾ ਸਾਰੀ ਪੁਆਇੰਟ ਤੇ ਕਵਰ ਹੋਏਗਾ ਜੀ ਸਿੰਬੋਇਸਿਸ, ਠੀਕ ਹੈ। ਚਲੋ ਜੀ, ਥਰਡ ਕੁਸ਼ਚਨ, ਇਨ ਦਾ ਐਲੀਮੈਂਟਰੀ ਕੈਨਾਲ ਦਾ ਸਵੈਲੋਡ ਫੂਡ ਮੂਵਸ ਡਾਊਨਵਰਡ ਬਿਕੋਜ਼ ਆਫ। ਤੁਹਾਨੂੰ ਪਤਾ ਹੈ ਆਪਣਾ ਐਲੀਮੈਂਟਰੀ ਕੈਨਾਲ, ਜਿਹਨੂੰ ਆਪਾਂ ਡਾਇਜੈਸਟਿਵ ਸਿਸਟਮ ਦੇ ਵਿੱਚ ਕਵਰ ਕਰਦੇ ਹਾਂ, ਜਿਹਦੀ ਅਰਾਊਂਡ ਲੈਂਥ ਹੁੰਦੀ ਹੈ ਅਪਰੋਕਸੀਮੇਟ ਆਪਣੀ 9 ਮੀਟਰ ਦੇ ਅਰਾਊਂਡ ਹੁੰਦੀ ਹੈ, ਮੂੰਹ ਤੋਂ ਲੈ ਕੇ ਆਪਣਾ ਜਿੱਥੋਂ ਬਾਡੀ ਵੇ ਰੈਕਟਮ ਐਨਸ ਤੱਕ ਹੀ ਹੈ ਜੀ, ਸਾਰਾ ਐਲੀਮੈਂਟਰੀ ਕੈਨਾਲ ਹੈ। ਜਿਵੇਂ ਜਿਵੇਂ ਆਪਾਂ ਫੂਡ ਅੰਦਰ ਪਾਉਂਦੇ ਹਾਂ, ਆਪਣੀ ਜਿਹੜੀਆਂ ਆਪਣੀਆਂ ਮਸਲ ਹੁੰਦੀਆਂ ਉਹ ਕੰਟਰੈਕਟ ਹੁੰਦੀਆਂ ਨੇ, ਐਕਸਪੈਂਡ ਹੁੰਦੀਆਂ, ਕੰਟਰੈਕਟ ਹੁੰਦੀਆਂ, ਐਕਸਪੈਂਡ ਹੁੰਦੀਆਂ, ਇਸ ਨੂੰ ਕੀ ਬੋਲ ਦਿੰਦੇ ਹਾਂ? ਉਹ ਮਸਲ ਦਾ ਨਾਮ ਕੀ ਹੈ ਜੀ? ਸਪਿੰਚਰ ਮਸਲ ਹੁੰਦੇ ਹਨ। ਔਰ ਉਸ ਮੂਵਮੈਂਟ ਨੂੰ ਕੀ ਕਿਹਾ ਜਾਂਦਾ ਹੈ? ਪੈਰਿਸਟੈਲਿਕ ਮੂਵਮੈਂਟ ਕਿਹਾ ਜਾਂਦਾ ਹੈ। ਤਾਂ ਕੰਟਰੈਕਸ਼ਨ ਐਕਸਪੈਂਡ ਹੋਈ ਜਾਂਦਾ, ਜਦੋਂ ਵੀ ਭੋਜਨ ਅੰਦਰ ਲੈ ਕੇ ਜਾਵਾਂਗੇ ਤਾਂ ਜਿਹੜਾ ਥੱਲੇ ਜਾਣ ਵਾਸਤੇ ਦੀ ਮੂਵਮੈਂਟ ਕੀ ਹੋਏ, ਕੀ ਕਿਹਾ ਜਾਏਗਾ ਜੀ? ਭੋਜਨ ਪਾਈਪ ਦੀ ਕੰਧ ਵਿੱਚ ਮਾਸਪੇਸ਼ੀਆਂ ਨੂੰ ਸੰਕੁਚਨ ਦੇ ਕਾਰਨ, ਭੋਜਨ ਦੇ ਨਾਲ ਲਏ ਗਏ ਤਰਲ ਪਦਾਰਥਾਂ ਦੇ ਵਹਾਅ ਕਾਰਨ, ਗੁਰੂਤਾ ਖਿੱਚ,
ਗ੍ਰੈਵੀਟੇਸ਼ਨਲ ਪੁਸ਼ ਐਂਡ ਮਾਸਪੇਸ਼ੀ ਜੀਵ ਦੁਆਰਾ ਪ੍ਰਦਾਨ ਕੀਤੀ ਗਈ ਤਾਕਤ। ਟੰਗ ਕੋਲ ਤਾਂ ਬਸ ਕੀ ਹੈ ਜੀ, ਟੰਗ ਨੇ ਤਾਂ ਸਿਰਫ ਉੱਥੇ ਹੀ ਕੰਮ ਕਰਨਾ ਜਿੱਥੇ ਟੇਸਟ ਵਾਲੀ ਗੱਲ ਹੋਵੇ, ਬਸ ਉਸ ਬਾਅਦ ਉਹਦਾ ਕੋਈ ਐਡਾ ਖਾਸ ਕੰਮ ਨਹੀਂ ਹੈਗਾ। ਬਿਲਕੁਲ ਜੀ, ਮਾਸਪੇਸ਼ੀਆਂ ਦੇ ਅੰਦਰ ਕੀ ਹੈ, ਕੰਟ੍ਰੈਕਸ਼ਨ ਜਿਹੜਾ ਬਣਾਉਂਦੇ ਹਾਂ ਜੀ ਮਸਲ ਫੂਡ ਪਾਈਪ ਦੇ ਅੰਦਰ, ਕਿ ਉਹ ਚੀਜ਼ ਨੀਚੇ ਜਾਏ ਨੀਚੇ ਜਾਏ ਨੀਚੇ ਜਾਏ, ਖੁੱਲ ਗਈ ਬੰਦ ਹੋ ਗਈ, ਖੁੱਲ ਗਈ ਬੰਦ ਹੋ ਗਈ ਏਦਾਂ। ਚੌਥਾ ਕੁਐਸਚਨ ਕਰਨ ਤੋਂ ਪਹਿਲਾਂ ਟੈਡ ਬਜ਼ਰ ਦੇ ਕਿਸੇ ਵੀ ਪਲੈਟਫਾਰਮ ਨੂੰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ, ਚਾਹੇ ਇੰਸਟਾਗ੍ਰਾਮ ਹੈ, ਚਾਹੇ ਫੇਸਬੁੱਕ ਹੈ, ਚਾਹੇ ਟੈਲੀਗ੍ਰਾਮ ਹੈ, ਸਭ ਚੀਜ਼ਾਂ ਨੂੰ। ਉਸ ਤੋਂ ਬਾਅਦ, ਫਰੋਗਸ ਐਂਡ ਅਰਥ ਵਰਮਸ ਬਰੀਥ ਥਰੂ ਦੇਅਰ ਸਕਿਨ ਬਿਕੋਜ਼ ਆਫ ਵਿਚ ਦਾ ਸਕਿਨ ਆਫ ਬੋਥ ਦਾ ਆਰਗਨਿਜ਼ਮ ਆਰ। ਡੱਡੂ ਅਤੇ ਕੀੜੇ ਆਪਣੇ ਚਮੜੀ ਰਾਹੀਂ ਸਾਹ ਲੈਂਦੇ ਹਨ, ਜਿਸ ਕਾਰਨ ਦੋਵੇਂ ਜੀਵਾਂ ਦੀ ਚਮੜੀ ਕੀ ਹੁੰਦੀ ਹੈ ਜੀ? ਜਲਦੀ ਜਲਦੀ ਦੱਸ ਦਿਓ। ਮੋਇਸਟ ਐਂਡ ਸਲੀਮੀ ਕੀ ਆਏਗਾ ਜੀ? ਡੀ ਆਪਸ਼ਨ, ਮੋਇਸਟ ਐਂਡ ਸਲੀਮੀ। ਨਮੀ ਤੇ ਚਿਪਚਿਪੀ ਹੁੰਦੀ ਹੈ ਇਹਨਾਂ ਦੀਆਂ ਜਿਹੜੀਆਂ ਚਮੜੀਆਂ, ਜਿਹਦੇ ਕਰਕੇ ਜੀ ਇਹ ਇਹ ਬੇਸਿਕਲੀ ਕੀ ਕਰਦੇ, ਬਰੀਥ ਕਰਦੇ ਆ। ਚਲੋ ਅਗਲਾ ਪੁਆਇੰਟ, ਪੰਜਵਾਂ ਕੁਐਸਚਨ। ਤੁਹਾਨੂੰ ਇੱਕ ਅਵਤਲ ਸ਼ੀਸ਼ਾ ਦਿੱਤਾ ਗਿਆ ਹੈ, ਸੋਰੀ, ਤੁਹਾਨੂੰ ਇੱਕ ਅਵਤਲ ਸ਼ੀਸ਼ਾ, ਇੱਕ ਅਵਤਲ ਲੈਂਸ, ਇੱਕ ਉੱਤਲ ਸ਼ੀਸ਼ਾ ਤੇ ਇੱਕ ਉੱਤਲ ਲੈਂਸ ਦਿੱਤਾ ਜਾਂਦਾ ਹੈ। ਕਿਸੇ ਵਸਤੂ ਦਾ ਵੱਡਾ ਚਿੱਤਰ ਪ੍ਰਾਪਤ ਕਰਨ ਲਈ ਤੁਸੀਂ ਜਾਂ ਤਾਂ ਵਰਤ ਸਕਦੇ ਹੋ, ਕੀ ਵਰਤੋਗੇ? ਹਾਂਜੀ ਬੋਲੋ, ਆਰਾਮ ਨਾਲ ਪੜ੍ਹ ਲਓ। ਯੂ ਆਰ ਪ੍ਰੋਵਾਈਡਿਡ ਵਿਦ ਅ ਕਨਕੇਵ ਮਿਰਰ, ਏ ਕਨਕੇਵ ਲੈਂਸ, ਅ ਕਨਵੈਕਸ ਮਿਰਰ ਐਂਡ ਕਨਵੈਕਸ ਲੈਂਸ ਟੂ ਓਬਟੇਨ ਐਨ ਐਨਲਾਰਜਡ ਇਮੇਜ ਆਫ ਐਨ ਓਬਜੈਕਟ, ਯੂ ਕੈਨ ਯੂਜ਼ ਆਈਦਰ। ਦੇਖੋ ਜੀ, ਜਿਹੜੀਆਂ ਵੱਡੀਆਂ ਵੱਡੀਆਂ ਇਮੇਜਸ ਬਣਦੀਆਂ ਉਹ ਹਮੇਸ਼ਾ ਕਨਕੇਵ ਮਿਰਰ ਦੁਆਰਾ ਜਾਂ ਫਿਰ ਕਨਵੈਕਸ ਲੈਂਸ ਦੁਆਰਾ ਬਣਦੀਆਂ। ਐਨਲਾਰਜ ਇਮੇਜ ਹਮੇਸ਼ਾ ਯਾਦ ਰੱਖਿਓ, ਐਨਲਾਰਜ ਇਮੇਜ ਕਿਹਦੇ ਦੁਆਰਾ ਬਣਦੀਆਂ ਨੇ? ਜਿੰਨੀ ਹੈ ਤਸਵੀਰ ਉਹਦੇ ਤੋਂ ਕੀ ਹੈ ਜੀ, ਵੱਡਾ ਪੋਰਸ਼ਨ ਚ ਕਵਰ ਕਰਨਾ, ਦਿਸ ਇਜ਼ ਕਾਲਡ ਐਨਲਾਰਜ ਇਮੇਜ। ਦੈਟ ਮੀਨਸ ਕੀ ਹੈ ਜੀ, ਓਬਜੈਕਟ ਅੱਗੇ ਰੱਖਿਆ ਹੋਇਆ ਹੈ, ਠੀਕ ਹੈ ਜੀ, ਜਦੋਂ ਲਾਈਟ ਰਿਫਲੈਕਟ ਮਿਰਰ ਦੇ ਵਿੱਚ ਹੋਏਗੀ ਤਾਂ ਕੀ ਹੈ ਜੀ, ਪਿੱਛੇ ਜਾ ਕੇ ਕੀ ਹੈ ਜੀ, ਇੱਕ ਇਮੇਜ ਬਣੇਗੀ ਜੋ ਵੱਡੀ ਤਰ੍ਹਾਂ ਵੱਡੀ ਹੋਏਗੀ ਇਸ ਤਰੀਕੇ ਨਾਲ, ਠੀਕ ਹੈ ਨਾ, ਪਿੱਛੇ ਵੱਡੀ ਜਾਏਗੀ। ਦੈਟ ਮੀਨਸ ਉਹ ਕਿਹੜਾ ਮਿਰਰ ਹੈ, ਕਨਕੇਵ ਮਿਰਰ ਤੇ ਕਨਵੈਕਸ ਲੈਂਸ, ਤਾਂ ਡੀ ਆਪਸ਼ਨ ਹੈ, ਠੀਕ ਹੈ ਨਾ। ਇੱਕ ਪੁਆਇੰਟ ਤੇ ਹਮੇਸ਼ਾ ਇਹ ਯਾਦ ਰੱਖਿਓ ਕਿ ਜਦੋਂ ਵੀ ਉਹ ਮਿਰਰ ਦੇ ਸਾਹਮਣੇ ਓਬਜੈਕਟ ਰੱਖਦੇ ਹਾਂ, ਠੀਕ ਹੈ ਜੀ, ਤਾਂ ਲਾਈਟ ਕੀ ਹੈ ਜੀ, ਪਾਸ ਹੋ ਕੇ ਇੱਥੋਂ ਨਿਕਲ ਕੇ ਜਾਂਦੀ, ਪਿੱਛੇ ਜਿੱਥੇ ਇਮੇਜ ਬਣੇਗੀ, ਠੀਕ ਹੈ ਨਾ। ਛੇਵਾਂ ਕੁਐਸਚਨ, ਸਿਲੈਕਟ ਦਾ ਫੋਲੋਇੰਗ ਅ ਸੈਟ ਆਫ ਖੈਰਿਫ ਕ੍ਰੋਪ। ਖੈਰਿਫ ਕ੍ਰੋਪਸ ਕਿਹੜੀਆਂ ਹੁੰਦੀਆਂ ਨੇ ਜਾਂ ਖਰੀਫ? ਜੂਨ ਟੂ ਨਵੰਬਰ ਇਹਦਾ ਮਹੀਨਾ ਹੈ ਨਾ, ਚਾਵਲ ਹੋ ਗਿਆ, ਮੱਕੀ ਹੋ ਗਈ, ਇੱਦਾਂ ਦੀਆਂ ਚੀਜ਼ਾਂ ਨੇ, ਦੱਸੋ ਕੀ ਆਨਸਰ ਆਏਗਾ। ਮੱਕੀ ਕਿੱਥੇ ਹੈ, ਇੱਧਰ ਵੀ ਹੈ, ਬਟ ਜਿਹੜਾ ਕੀ ਹੈ, ਚਾਵਲ, ਮੱਕੀ ਹੈ ਨਾ, ਇੱਦਾਂ ਦੀਆਂ ਚੀਜ਼ਾਂ, ਕੋਟਨ, ਝੋਨਾ,
ਪੈਡੀ ਦਾ ਮਤਲਬ ਵੀ ਝੋਨਾ ਹੈ ਨਾ, ਆਹ ਚੀਜ਼ ਆ ਜਾਏਗੀ ਇਹਦੇ ਵਿੱਚ, ਆਹ ਦੋਵੇਂ ਠੀਕ ਹੈ ਬਟ ਆਹ ਚੀਜ਼ ਨਹੀਂ ਹੈ। ਲਾਈਨ ਸੀਡ ਅਲਸੀ, ਅਲਸੀ ਬੀਜ ਹੈ, ਇਹ ਗਲਤ ਹੋ ਗਿਆ ਇਹਦੇ ਕਰ। ਠੀਕ ਹੈ ਚਲੋ ਨੈਕਸਟ ਪੁਆਇੰਟ, ਸੈਵਨਥ ਕੁਸ਼ਚਨ। ਸੈਵਨਥ ਕੁਸ਼ਚਨ ਕੀ ਹੈ ਜੀ, ਉਹ ਕਹਿੰਦੇ ਫਸਲਾਂ ਦੇ ਪੌਦਿਆਂ ਤੇ ਨਦੀਨਾਂ ਦੇ ਪ੍ਰਭਾਵ ਦੇ ਸੰਬੰਧ ਵਿੱਚ ਹੇਠ ਦਿੱਤੇ ਕਥਨਾਂ ਦਾ ਅਧਿਐਨ ਕਰੋ। ਉਹ ਫਸਲਾਂ ਦੇ ਕੀ ਹੈ, ਸਟੱਡੀ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਦਾ ਇਫੈਕਟ ਆਫ ਵੀਡਸ ਔਨ ਕਰੋਪ ਪਲਾਂਟਸ, ਦੇ ਹੈਲਪ ਕਰੋਪ ਪਲਾਂਟ ਟੂ ਗਰੋ ਹੈਲਦੀ। ਉਹ ਫਸਲਾਂ ਦੇ ਪੌਦਿਆਂ ਨੂੰ ਸਿਹਤਮੰਦ ਢੰਗ ਨਾਲ ਵਧਣ ਵਿੱਚ ਮਦਦ ਕਰਦੇ ਹੈ। ਦੇ ਇੰਟਰਫੇਅਰ ਇਨ ਹਾਰਵੈਸਟਿੰਗ, ਉਹ ਵਾਢੀ ਵਿੱਚ ਰੁਕਾਵਟ ਪਾਉਂਦੇ ਹਨ। ਉਹ ਪੌਦਿਆਂ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਉਹ ਪਾਣੀ, ਪੌਸ਼ਟਿਕ ਤੱਤ, ਸਪੇਸ ਅਤੇ ਰੋਸ਼ਨੀ ਲਈ ਫਸਲਾਂ ਦੇ ਪੌਦਿਆਂ ਨਾਲ ਮੁਕਾਬਲਾ ਵੀ ਕਰਦੇ ਹਨ। ਤਾਂ ਕੀ ਆਏਗਾ ਜੀ ਸੈਵਨਥ ਕੁਸ਼ਚਨ ਦਾ ਆਨਸਰ? ਵੀਡਸ ਤਾਂ ਦੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਵੀਡਸ ਤਾਂ ਕੀ ਹੈ ਜੀ, ਅਨਵਾਂਟਿਡ ਪਲਾਂਟ ਹੈ ਜਿਹੜੇ ਕੀ ਹੈ ਆਪਣੇ ਆਪ ਉੱਗ ਜਾਂਦੇ। ਤਾਂ ਆ ਗਿਆ ਪਹਿਲਾ ਆਪਸ਼ਨ ਤਾਂ ਗਿਆ, ਇਹ ਵਾਢੀ ਵਿੱਚ ਰੁਕਾਵਟ ਪਾਉਂਦੇ ਆ, ਇਹ ਟਰੂ ਹੈ। ਇਹ ਪੌਦਿਆਂ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ, ਵੀ ਟਰੂ ਹੈ। ਉਹ ਪਾਣੀ, ਪੌਸ਼ਟਿਕ ਤੱਤ, ਸਪੇਸ ਅਤੇ ਰੋਸ਼ਨੀ ਲਈ ਫਸਲਾਂ ਦੇ ਪੌਦਿਆਂ ਨਾਲ ਮੁਕਾਬਲਾ ਕਰਦੇ ਆ, ਬਿਲਕੁਲ ਜੀ ਇਹ ਵੀ ਟਰੂ ਹੈ। ਤਾਂ ਕਿੱਥੇ ਕਿੱਥੇ ਗਿਆ, ਬਸ ਆਹ ਤਾਂ ਬੀ ਸੀ ਡੀ ਜਿੱਥੇ ਵੀ ਆ ਰਿਹਾ ਤਾਂ ਆਹੀ ਹੈ, ਲਾਸਟ ਵਾਲੇ 'ਚ ਤਾਂ ਸਾਰੀ ਹੈ ਏ ਬੀ ਸੀ ਡੀ, ਤਾਂ ਇਹ ਤਾਂ ਗਲਤ ਹੀ ਹੈ, ਤਾਂ ਸੀ ਆਪਸ਼ਨ ਰਾਈਟ ਰਹੇਗਾ। ਤੁਹਾਨੂੰ ਪਤਾ ਹੈ ਕਿ ਜਦੋਂ ਤੁਹਾਡੇ ਦੋ ਸਹੀ ਹੈ ਬੀ ਅਤੇ ਸੀ, ਬੀ ਸੀ ਹੋਰ ਕਿੱਥੇ ਤਾਂ ਹੈ ਹੀ ਨਹੀਂ ਹੈ ਨਾ, ਤਾਂ ਆਟੋਮੈਟਿਕਲੀ ਬੀ ਸੀ ਡੀ ਰਹੇਗਾ। ਬੀ ਸੀ ਤਾਂ 100% ਸ਼ੋਰ ਹੋ ਤੁਸੀਂ। ਕਿਸੇ ਨੇ ਵੀ ਹਾਲੇ ਤੱਕ ਸਾਡੇ ਫ੍ਰੀ ਵਟਸਐਪ ਗਰੁੱਪ ਦੇ ਵਿੱਚ ਐਡ ਨਹੀਂ ਹੋਏ ਹੋ, ਆਪਦਾ ਨਾਮ, ਕਿਹੜਾ ਜੈਂਡਰ ਹੈ ਜੀ, ਕਿਹੜੇ ਇਗਜ਼ਾਮ ਦੀ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ, ਕਿਸ ਸਿਟੀ ਤੋਂ ਤੁਸੀਂ ਬਿਲੋਂਗ ਕਰਦੇ ਹੋ, ਹੈਲਪਲਾਈਨ ਨੰਬਰ 'ਤੇ ਮੈਸੇਜ ਕਰ ਦਿਓ ਤਾਂ ਕਿ ਅਸੀਂ ਤੁਹਾਨੂੰ ਫ੍ਰੀ ਵਟਸਐਪ ਗਰੁੱਪ 'ਚ ਐਡ ਕਰ ਦਈਏ। ਅਗਲਾ ਕੁਸ਼ਚਨ ਤੁਹਾਡੇ ਸਾਹਮਣੇ, ਉਹ ਕਹਿੰਦੇ ਕਿ ਜਦੋਂ ਅਸੀਂ ਤਾਜ਼ੇ ਤਿਆਰ ਸੋਡੀਅਮ ਹਾਈਡਰੋਕਸਾਈਡ ਕੋਲ ਵਿੱਚ ਅਲਮੀਨੀਅਮ ਫੋਇਲ ਨੂੰ ਜੋੜਦੇ ਹਾਂ ਤਾਂ ਇੱਕ ਗੈਸ ਬਣਦੀ ਹੈ। ਹੇਠਾਂ ਦਿੱਤੇ ਕਿਹੜਾ ਇੱਕ ਗੈਸ ਦੇ ਗੁਣਾਂ ਦਾ ਸਹੀ ਵਰਣਨ ਕਰਦਾ ਹੈ? ਵੈਨ ਵੀ ਐਡ ਅਲਮੀਨੀਅਮ ਫੋਇਲ ਟੂ ਫਰੈਸ਼ਲੀ ਪ੍ਰਿਪੇਅਰਡ ਸੋਡੀਅਮ ਹਾਈਡਰੋਕਸਾਈਡ ਸੋਲਿਊਸ਼ਨ, ਅ ਗੈਸ ਇਜ ਪ੍ਰੋਡਿਊਸਡ। ਵਿਚ ਆਫ ਦਾ ਫੋਲੋਇੰਗ ਕਰੈਕਟਲੀ ਸਟੇਟ ਦਾ ਪ੍ਰੋਪਰਟੀ ਆਫ ਦਿਸ ਗੈਸ? ਜਲਦੀ ਜਲਦੀ ਦੱਸੋ, ਆਰਾਮ ਨਾਲ, ਮੈਂ ਸਾਈਡ 'ਤੇ ਹੋ ਗਈ ਹਾਂ। ਕੀ ਆਏਗਾ ਦੇਖੋ ਜੀ, ਤੁਹਾਨੂੰ ਵੀ ਪਤਾ ਜਦੋਂ ਵੀ ਕੀ ਹੈ ਜੀ ਆਪਾਂ ਐਲਮੀਨੀਅਮ ਫੋਇਲ ਨੂੰ ਸੋਡੀਅਮ ਹਾਈਡਰੋਕਸਾਈਡ ਨਾਲ ਐਡ ਕਰਦੇ ਹਾਂ ਤਾਂ ਗੈਸ ਪ੍ਰੋਡਿਊਸ ਹੁੰਦੀ ਹੈ ਹਾਈਡਰੋਜਨ ਗੈਸ। ਠੀਕ ਹੈ, ਗੈਸ ਪ੍ਰੋਡਿਊਸ ਹੁੰਦੀ ਹੈ ਹਾਈਡਰੋਜਨ ਗੈਸ। ਤਾਂ ਉਸ ਟਾਈਮ 'ਤੇ ਨਾ ਇੱਕ ਪੋਪਅਪ ਦਾ ਸਾਊਂਡ ਆਉਂਦਾ, ਜਿਵੇਂ ਟਕ ਟਕ, ਮਤਲਬ ਹਲਕਾ ਜਿਹਾ ਪੋਪਅਪ, ਮਤਲਬ ਜਿਵੇਂ ਕਿਸੇ ਚੀਜ਼ ਦੀ ਅਟਰੈਕਸ਼ਨ ਨਾਲ ਹੋ ਰਿਹਾ। ਠੀਕ ਹੈ ਨਾ, ਤਾਂ ਇਹ ਚੀਜ਼ ਹੁੰਦੀ ਹੈ ਇੱਕ ਰੰਗਹੀਨ ਅਤੇ ਗੰਧਹੀਨ ਗੈਸ ਜੋ ਬਦਲੀ ਹੋਈ ਮਾਚਿਸ ਦੇ ਨੇੜੇ ਲਿਆਉਣ 'ਤੇ ਪੋਪ ਆਵਾਜ਼ ਕਰਦੀ ਹੈ ਜੀ। ਠੀਕ ਹੈ ਜੀ, ਜਿਵੇਂ ਕੋਈ ਚੀਜ਼ ਸੜਨ ਲੱਗ ਜਾਂਦੀ ਪੋਪਅਪ, ਇੱਦਾਂ ਦੀ ਆਵਾਜ਼ ਸਾਊਂਡ ਕਰਨਾ। ਠੀਕ ਹੈ ਨਾ, ਹਲਕੀ ਪੋਪਅਪ ਦਾ ਮਤਲਬ ਹਲਕੀ ਜਿਵੇਂ ਛੋਟੇ ਛੋਟੇ ਪਟਾਕੇ ਫਟਣ ਦੀ ਆਵਾਜ਼ ਕਹਿ ਸਕਦੇ ਹਾਂ ਆਪਾਂ। ਤਾਂ ਬਿਲਕੁਲ ਜੀ ਡੀ ਆਪਸ਼ਨ ਹੈ। ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ, ਲਿਖ ਲਓ, ਹਾਈਡਰੋਜਨ ਗੈਸ ਪੈਦਾ ਹੁੰਦੀ ਹੈ ਜੀ, ਹਾਈਡਰੋਜਨ ਗੈਸ ਪੈਦਾ ਹੁੰਦੀ ਹੈ, ਇਹ ਵੀ ਲਿਖ ਸਕਦੇ ਹਾਂ ਆਪਾਂ। ਇਹ ਤਾਂ ਸਾਊਂਡ ਬਾਰੇ ਦੱਸਿਆ ਨਾ, ਗੈਸ ਕਿਹੜੀ ਪੈਦਾ ਹੁੰਦੀ ਹੈ, ਹਾਈਡਰੋਜਨ ਗੈਸ। ਚਲੋ ਨਾਈਨਥ ਕੁਸ਼ਚਨ,
ਸੋਲਿਊਸ਼ਨ ਆਫ ਵਿਚ ਆਫ ਦ ਫੋਲੋਇੰਗ ਆਕਸਾਈਡ ਵਿਲ ਚੇਂਜ ਦ ਕਲਰ ਆਫ ਬਲੂ ਲਿਟਮਸ ਟੂ ਰੈਡ। ਨਿਮਨਲਿਖਤ ਵਿੱਚ ਕਿਸ ਆਕਸਾਈਡ ਦਾ ਜਲਮਈ ਘੋਲ ਨੀਲੇ ਲਿਟਮਸ ਦੇ ਰੰਗ ਨੂੰ ਲਾਲ ਵਿੱਚ ਬਦਲ ਦਿੰਦਾ ਹੈ ਜੀ? ਹਾਂਜੀ, ਬਲੂ ਲਿਟਮਸ ਰੈਡ, ਇਹ ਕੱਲ ਵੀ ਕੁਐਸਚਨ ਆਪਾਂ ਕੀਤਾ ਸੀ ਪ੍ਰੀਵੀਅਸ ਈਅਰ ਦੇ ਵਿੱਚ ਵੀ, ਠੀਕ ਹੈ ਨਾ। ਬਲੂ ਲਿਟਮਸ ਰੈਡ ਨੂੰ ਕਿਹਦੇ ਵਿੱਚ ਬਦਲ ਦਿੰਦਾ ਹੈ ਜੀ? ਸਲਫਰ ਡਾਈਆਕਸਾਈਡ। ਸਲਫਰ ਡਾਈਆਕਸਾਈਡ ਕੀ ਕਰਦਾ ਹੈ? ਬਲੂ ਲਿਟਮਸ ਨੂੰ ਕਿਹਦੇ ਚ ਬਦਲ ਦਿੰਦਾ ਹੈ? ਰੈਡ ਚ ਬਦਲ। ਓਕੇ, ਇਹ ਕੱਲ ਵੀ ਮੈਂ ਪੜ੍ਹਾਇਆ ਸੀ, ਸਾਰਾ ਟੇਬਲ ਦੱਸਿਆ ਹੋਇਆ ਸੀ ਉਹਦੇ ਚ ਤਾਂ ਜੀ। ਚਲੋ ਲਾਸਟ ਕੁਐਸਚਨ ਆ ਇਹਦਾ, 10th ਕੁਐਸਚਨ। ਵਿਚ ਆਫ ਦ ਫੋਲੋਇੰਗ ਇਜ਼ ਅ ਪੇਅਰ ਆਫ ਐਗਜ਼ੌਸਟੀਬਲ ਨੈਚੁਰਲ ਰਿਸੋਰਸਿਸ? ਨਿਮਨਲਿਖਤ ਵਿੱਚੋਂ ਕਿਹੜਾ ਕੁਦਰਤੀ ਸਰੋਤ ਦਾ ਇੱਕ ਜੋੜਾ ਹੈ? 10th ਕੁਐਸਚਨ ਦਾ ਆਨਸਰ ਦੱਸੋ। ਉਹ ਕਹਿੰਦੇ ਵਿਚ ਆਫ ਦ ਫੋਲੋਇੰਗ ਇਜ਼ ਦ ਪੇਅਰ ਆਫ ਐਗਜ਼ੌਸਟੀਬਲ ਨੈਚੁਰਲ ਰਿਸੋਰਸਿਸ? ਕੋਲ ਐਂਡ ਸੋਇਲ, ਕੋਇਲਾ ਤੇ ਮਿੱਟੀ, ਪੈਟਰੋਲ ਤੇ ਪਾਣੀ, ਖਣਿਜ ਅਤੇ ਜੰਗਲੀ ਜੀਵ, ਕੁਦਰਤੀ ਗੈਸ ਅਤੇ ਸੂਰਜ ਦੀ ਰੋਸ਼ਨੀ। ਐਗਜ਼ੌਸਟੀਬਲ ਰਿਸੋਰਸ ਕਿਹੜੇ ਹੋਣਗੇ? ਜਿਹੜੇ ਕੁਦਰਤੀ ਸਰੋਤ ਹੈ ਉਹ ਰੱਬ ਦਾ ਜਿਹੜਾ ਕੀ ਹੈ ਜੀ, ਦੱਸੋ। ਐਗਜ਼ੌਸਟੀਬਲ ਰਿਸੋਰਸਿਸ ਤਾਂ ਉਹ ਹੁੰਦੇ ਹਨ ਬੇਸਿਕਲੀ ਜਿਹੜੇ ਮੁੱਕਣਯੋਗ ਸਾਧਨ ਕਿਹਾ ਜਾਂਦਾ ਹੈ, ਹੈ ਨਾ, ਕਿ ਨਾ ਮੁੱਕਣਯੋਗ ਹੁੰਦਾ, ਦੱਸ ਦਿਓ ਕੋਈ। ਇੱਦਾਂ ਦੇ ਐਗਜ਼ੌਸਟੀਬਲ ਮੈਂ ਤੁਹਾਨੂੰ ਅੱਗੇ ਵੀ ਪੜ੍ਹਾਇਆ ਹੈ, ਇਨਐਗਜ਼ੌਸਟੀਬਲ ਆਪਾਂ ਪਿਛਲੇ ਕੁਐਸਚਨਾਂ 'ਚ ਪੜ੍ਹਿਆ ਸੀ। ਐਗਜ਼ੌਸਟੀਬਲ ਰਿਸੋਰਸਿਸ ਉਹ ਰਿਸੋਰਸਿਸ ਹੁੰਦੇ ਆ ਜਿਹੜੇ ਨੇਚਰ ਦੇ ਵਿੱਚ ਬੜੀ ਲਿਮਿਟਿਡ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ, ਪ੍ਰੈਜੈਂਟ ਇਨ ਲਿਮਿਟਿਡ ਕੁਆਂਟਿਟੀ। ਤਾਂ ਉਹ ਕਿਹੜੇ ਆ? ਬਿਲਕੁਲ ਜੀ, ਪੈਟਰੋਲ ਤੇ ਵਾਟਰ ਹੀ ਰਹਿਣਗੇ, ਠੀਕ ਹੈਗੇ ਨੈਚੁਰਲ ਤਰੀਕੇ ਦੇ ਨਾਲ ਹੈ। ਵਾਟਰ ਵੀ ਇੱਕ ਤਰ੍ਹਾਂ ਦਾ ਕੀ ਹੈ, ਫਰੈਸ਼ ਵਾਟਰ ਦੀ ਗੱਲ ਕਰੀਏ ਤਾਂ ਇਹ ਵੀ ਆਪਣੇ ਵਾਸਤੇ ਕੀ ਹੈ ਜੀ, ਕਦੇ ਨਾ ਕਦੇ ਖਤਮ ਹੋਣ ਵਾਲੇ ਸਾਧਨ ਹੀ ਬਣਨਗੇ, ਬਾਕੀ ਤਾਂ ਇਹ ਚੀਜ਼ਾਂ ਦੇ ਵਿੱਚ ਹੈ ਹੀ ਨਹੀਂ। ਕੋਲ ਪੇਅਰ ਉਹਨਾਂ ਨੇ ਪੁੱਛਿਆ ਨਾ, ਇਸ ਕਰਕੇ ਵੈਸੇ ਤਾਂ ਦੇਖੋ ਕੋਲ ਹੈਗਾ, ਕੋਇਲਾ ਵੀ ਹੈਗਾ, ਪੈਟਰੋਲ ਵੀ ਹੈਗਾ, ਮਿਨਰਲ ਵੀ ਹੈਗਾ, ਫੋਰੈਸਟ ਵੀ ਹੁੰਦਾ ਹੈ ਜੀ, ਨੈਚੁਰਲ ਗੈਸ ਵੀ ਹੁੰਦਾ, ਪਰ ਸੂਰਜ ਦੀ ਰੋਸ਼ਨੀ ਨਹੀਂ ਹੈ ਤਾਂ ਕਰਕੇ, ਠੀਕ ਹੈ ਜੀ। ਤਾਂ ਜਿਵੇਂ ਆਹ ਚੀਜ਼ ਇਹਦੇ ਕਰਕੇ ਨਹੀਂ ਬਣ ਪਾਈ, ਠੀਕ ਹੈ ਨਾ, ਤਾਂ ਕਰਕੇ ਇਹ ਚੀਜ਼ ਹੁੰਦੀ ਹੈ। ਤਾਂ 10th ਕੁਐਸਚਨ ਅੱਜ ਦੇ ਕੰਪਲੀਟ ਹੋ ਚੁੱਕੇ। ਉਮੀਦ ਕਰਦੀ ਹਾਂ ਅੱਜ ਦਾ ਸੈਸ਼ਨ ਸਭ ਨੂੰ ਵਧੀਆ ਲੱਗਿਆ ਹੋਵੇਗਾ। ਪਲੱਸ 29 ਸਤੰਬਰ ਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣ ਲੱਗੀ ਹਾਂ। 24 ਸਪਟੈਂਬਰ ਨੂੰ ਜੀ ਆਪਣਾ ਨਿਊ ਬੈਚ ਆ ਰਿਹਾ, ਪੀਐਸ ਟੈਟ ਨਿਊ ਬੈਚ। ਐਂਡ ਵਨ ਮੋਰ ਥਿੰਗ, 29 ਸਤੰਬਰ ਨੂੰ ਆਫਲਾਈਨ ਮੌਕ ਟੈਸਟ ਹੈ ਜੀ। ਹਾਂਜੀ, ਕਲੀਅਰ ਹੋ ਗਿਆ ਜੀ ਇਸ ਪੁਆਇੰਟ ਤੇ ਵੀ। ਤਾਂ ਉਮੀਦ ਕਰਦੀ ਹਾਂ ਜੀ ਇਸ ਸੈਸ਼ਨ ਨੂੰ ਤੁਸੀਂ ਸਭ ਨੇ ਬਹੁਤ ਪਸੰਦ ਕੀਤਾ ਹੋਏਗਾ।
ਆਪਾਂ ਬਾਕੀ ਕੱਲ ਅਗਲੇ ਲੈਕਚਰ ਦੇ ਵਿੱਚ ਕੰਟੀਨਿਊ ਕਰਾਂਗੇ ਇਹਨਾਂ ਸੈਸ਼ਨਸ ਨੂੰ। ਠੀਕ ਹੈ ਜੀ, ਮਿਲਦੇ ਹਾਂ ਨੈਕਸਟ ਸੈਸ਼ਨ 'ਚ। ਬਾਏ, ਟੇਕ ਕੇਅਰ।